ਐਮਰਜੈਂਸੀ ਗੇਟਾਂ ਦੇ ਬਰਾਬਰ ਰਹਿਣ, ਕਿਤੇ ਕਿਤੇ ਉੱਪਰ ਨੂੰ ਵੀ ਜਾਂਦਾ ਬਾਈ। ਬਈ ਬਾਈ ਦੇਖੋ ਕਿਹੜੇ ਹਿਸਾਬ ਨਾਲ ਮੀਂਹ ਪਿਆ, ਨਿਰਿਓ ਬੂਟੀ ਆ ਰਹੀ ਹੈ, ਐਂ ਲੱਗਦਾ ਵੀ ਪਤਾ ਨਹੀਂ ਕਿਆ ਆ ਰਿਹਾ। ਦੇਖੋ ਇੰਨੀ ਲਓ ਬਾਈ, ਸਤਲੁਜ ਦਰਿਆ ਦੇ ਵਿੱਚ ਫਿਰ ਤੋਂ ਪਾਣੀ ਆ ਗਿਆ। ਕਰੋ ਚੈੱਕ ਬਾਈ ਸਪੀਡ, ਦੇਖਣੀ ਹੁੰਦੀ ਕਿਹੜੇ ਹਿਸਾਬ ਨਾਲ ਹੇਠਾਂ। ਅੰਨੀ ਸਪੀਡ ਆ ਜਿਹਨੂੰ ਕਹਿੰਦੇ ਆ। ਨਿਰਿਓ ਬੂਟੀ ਆਉਂਦੀ ਪਿੱਛੇ ਜਿਹੜ ਕੇ, ਆਹ ਸਾਈਡ ਨੂੰ ਦਿਖਾ ਦਿੰਦੇ ਸਾਨੂੰ ਜਾ ਕੇ ਬਾਈ। ਇੱਧਰ ਨੂੰ ਤਾਂ ਪਾਣੀ ਪਹਾੜੀ ਪਿੱਛੇ ਮੀਂਹ ਫੁੱਲ ਪੈ ਲਿਆ ਬਾਈ, ਸਾਰੀ ਭਰਿਆ ਪਿਆ ਬਾਈ। ਦੇਖੋ ਬਈ ਬਾਈ ਦੇਖੋ ਕਿਹੜੇ ਹਿਸਾਬ ਨਾਲ ਮੀਂਹ ਪਿਆ, ਨਿਰਿਓ ਬੂਟੀ ਆ ਰਹੀ ਹੈ, ਐਂ ਲੱਗਦਾ ਵੀ ਪਤਾ ਨਹੀਂ ਕਿਆ ਆ ਰਿਹਾ। ਦੇਖੋ ਇੰਨੀ ਟ੍ਰੈਫਿਕ ਬਾਈ ਦਿੱਲੀ ਮਾਂ ਨਹੀਂ ਹੈਗੀ, ਜਿਹੜੇ ਹਿਸਾਬ ਨਾਲ ਬੂਟੀ ਆ ਰਹੀ ਵਿੱਚ ਦੇਖ ਲਓ, ਉਹ ਕੰਮ ਹੋਇਆ ਵਾ ਕੀੜੇ ਮਕੌੜੇ ਵਾਲਾ ਕੰਮ। ਦੇਖੋ ਕਿਹੜੇ ਹਿਸਾਬ ਨਾਲ ਬੂਟੀ ਫਸਦੀ ਆ ਕੇ, ਬੱਲੇ ਬੱਲੇ ਬੱਲੇ, ਉਹਨੇ ਕਿੰਨਾ ਮੀਂਹ ਪਿਆ ਲੈ ਲਾ ਪਹਾੜਾਂ 'ਚ, ਕੋਈ ਪਤਾ ਨਹੀਂ ਕਿੰਨਾ ਹੋਰ ਪੈਣਾ, ਰਾਤ ਦੇ ਰਾਤ ਕੁਛ ਵੀ ਹੋ ਸਕਦਾ ਬਾਈ। ਜੀ ਬਾਈ ਆਹ ਮਕਰਾਬੀਆਂ ਜਿਹਾ ਵੀ ਹੜ ਕੇ ਆ ਗਈਆਂ ਵਿੱਚ, ਦੇਖੋ ਕਿਹੜੇ ਹਿਸਾਬ ਨਾਲ ਫਿਰਦੀਆਂ, ਇਹ ਵੀ ਤਾਰੀਆਂ ਲਾਉਂਦੀਆਂ, ਇਹਦਾ ਵੀ ਕਿਸੇ ਟਾਈਮ ਵੀ ਮੌਤ ਆ ਸਕਦੀ ਹੈ, ਪਾਣੀ ਨੇ ਖਿੱਚਣੀ ਬਾਈ ਇਹ। ਹੋਰ ਦੇਖੋ ਸਪੀਡ ਹੈਗੀ ਹੈ, ਹੋਰ ਦੇਖੋ ਲਓ ਬਾਈ, ਮੈਂ ਨਹੀਂ ਲਾਉਂਦਾ ਤਾਰੀ, ਰਿਲਾ ਇੱਕ ਹੈ ਗਰੁੱਪ ਹੋਇਆ ਇਕੱਠੇ ਰਹਿੰਦੀ ਔਰ ਮਜ਼ਾ ਆਏ। ਮਤਲਬ ਆਹ ਸਾਈਡ ਬਾਈ ਐਮਰਜੈਂਸੀ ਗੇਟ ਹੈ, ਪਰ ਜਿੱਦਣ ਇਹ ਖੁੱਲ੍ਹ ਗਏ ਪਾਲੀ ਸਾਈਡ ਕੁਛ ਨਹੀਂ ਦਿਖਦਾ ਹੈਗਾ, ਜਿਹੜੀ ਬੂਟੀ ਬਾਟੀ ਦਰਖਤ ਸਭ ਦੱਬ ਹੋ ਜਾਂਦੇ ਆ। ਹੈ ਉਹਨੇ ਜਾ ਰਹੇ ਖੁੱਲ੍ਹ ਗਏ ਵੀ ਕਹਿੰਦੇ ਇੰਨੀ ਅੰਨੇ ਵਾਖਜਾਈ ਕਰਦੇ ਬਾਈ, ਜਿੰਨੇ ਸਾਰੇ ਫੜਕ ਖਿੱਚਦੇ ਉਨਾ ਖਿੱਚਦੇ ਆ। ਇਹ ਤਾਂ ਬੰਦ ਕਰੇ ਵੀ ਬਾਈ ਨਹਿਰ ਨੂੰ ਵੀ ਫੁੱਲ ਪਾਣੀ ਛੱਡਿਆ ਪਿਆ, ਇਹਦਾ ਜੇ ਨਜਾਇਜ਼ ਪਾਣੀ ਆ ਜਾਵੇ ਬਾਈ ਤਾਂ ਖੁੱਲ੍ਹਦੇ ਆ, ਵੈਸੇ ਪਾਣੀ ਬਹੁਤ ਜ਼ਿਆਦਾ ਆਇਆ ਪਿਆ। ਫਿਰ ਵੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਹੈ ਫੜਕਾਂ ਨੇ, ਇਹ ਸਾਰੇ ਫੜਕਾਂ ਜਿੰਨਾ ਕੰਮ ਕਰਦੇ ਜਿੱਦਣ ਖੁੱਲ੍ਹ ਗਏ ਫਿਰ ਇਹ। ਚੱਲ ਚੱਲੀਏ, ਉਹ ਮੀਂਹ ਆ ਸਕਦਾ ਕਿਸੇ ਵੀ ਵਕਤ ਬਾਈ, ਬੱਦਲ ਆ ਗਿਆ ਦੇਖੋ ਰੋਪੜ ਸ਼ਹਿਰ 'ਚ, ਕਾਲੀ ਘਟਾ ਛਾਈ ਵੀ ਹੈ, ਪੁਲ ਹਿਲਦਾ ਲੰਬਾ ਬਾਈ, ਪੁਲ ਦੀ ਬਾਈ ਸਭ ਤੋਂ ਵੱਧ ਹੈ, ਮੇਲਾ ਲੱਗਿਆ ਵਾ, ਲੋਕ ਦੇਖਣਾ ਦੇਖਣ ਲੱਗੇ ਪਿਆ। ਹੈ ਬਾਈ ਸਾਰਾ ਚਿੱਕਣਾ ਪਾਣੀ ਆ ਰਿਹਾ ਪਹਾੜਾਂ ਮਾਤੇ ਬਾਈ, ਹੁਣ ਅੰਦਰਲੀ ਸਾਈਡ ਆਏ ਗੇਟਾਂ ਦੇ, ਇੰਨਾ ਪਾਣੀ ਹੈ ਯਾਰ, ਪੂਰਾ ਪਾਣੀ ਆਇਆ ਤਾਂ ਬਾਈ ਉਹ ਰੈੱਡ ਲਾਈਨ ਲਾਈ ਪਈ ਆ, ਉਹਦੇ ਬਰਾਬਰ ਆਇਆ ਤਾਂ ਆਲਦੀ ਘੜੀ ਇੰਨਾ ਆਇਆ, ਗੇਟਾਂ ਦੇ ਬਰਾਬਰ ਪਹੁੰਚਿਆ ਪਿਆ, ਜਿਹੜੇ ਗੇਟ ਨਾ ਜਿਹੜੇ ਗੇਟ ਬੰਦ ਕਰੇ ਪਏ ਇਹਦੇ ਬਰਾਬਰ ਹੀ ਆ, ਐਮਰਜੈਂਸੀ ਗੇਟਾਂ ਦੇ ਬਰਾਬਰ ਰਹਿਣ, ਕਿਤੇ ਕਿਤੇ ਉੱਪਰ ਨੂੰ ਵੀ ਜਾਂਦਾ ਬਾਈ। ਗੇਟ ਬੰਦ ਹੋਇਆ ਪਿਆ ਬਾਈ, ਦੇਖੋ ਆਹ ਹਿਸਾਬ ਨਾਲ ਬੂਟੀ ਫਸੀ ਪਈ ਹੈ, ਬੂਟੀ ਨੇ ਬੰਦ ਕਰਤਾ, ਉਹ ਸਾਹਮਣੇ ਸਪੀਡ ਜ਼ਿਆਦਾ ਉਹਨੇ ਪਾਲੀ ਸਾਈਡ ਪਾਣੀ ਦੀ। ਲਓ ਜੀ ਬਾਈ, ਸਾਨੂੰ ਤਾਂ ਆਹ ਦੋ ਨਦੀਆਂ ਮਾਰਦੀਆਂ, ਇਹ ਬੁੱਢੇ ਭੋਰੇ ਵਾਲੀ ਹੈ, ਇਹ ਵੀ ਹਲੇ ਵਿਚਾਰੀ 'ਚ ਘੱਟੇ ਪਾਣੀ ਆਇਆ, ਰਾਤ ਬਰਾਤ ਆ ਸਕਦਾ ਇਹ, ਪਰ ਚੱਲ ਪਿਆ ਉਹਨੇ ਉਹ ਸਾਹਮਣੇ ਲੱਗ ਗਿਆ ਦੇਖਣਾ ਬਜਾ ਰਹੇ ਆ ਇਹਨੇ ਨਾ ਦੋਨਾਂ ਸਾਈਡ 'ਤੇ, ਬਾਫੇ ਸਾਡਾ ਪਿੰਡ ਡਰਦਾ ਵੀ ਹਾਂ ਵੀ ਲੈ ਵੀ ਪਾਣੀ ਆ ਗਿਆ, ਦੇਖੋ ਮੀਂਹ ਬਾਈ ਪਾਣੀ ਆ ਰਿਹਾ ਉਹਨੇ ਹਰੇਕ ਥੋੜ੍ਹਾ ਥੋੜ੍ਹਾ ਪੂਰੀ ਚੱਲਦੀ ਸਪਰੇ ਕਰੀ ਤੀ ਕੱਲ, ਉਹਦਾ ਕੋਈ ਚੱਕਰ ਨੀ ਹੈਗਾ,
ਸੁੰਡੀ ਸਾਡੀ ਤਾਂ ਚੱਕਦੀ ਹੋਣੀ ਆ, ਸੁੰਡੀ ਤਾਂ ਹੈ ਹੋਣੀ ਜੀ। ਹਾਂ ਉਹ ਤਾਂ ਜਾਣਾ ਸਾਫ ਸੂਫ ਤੇ ਤੇਲੇ ਤੂਲੇ ਦੇ ਪਾਸੇ ਤੇ, ਪਤਾ ਨਹੀਂ ਚੰਡੀਗੜ੍ਹ ਕਹਿੰਦੇ ਬਹੁਤ ਮੀਂਹ ਪਿਆ ਏ। ਚੰਡੀਗੜ੍ਹ ਚ ਬਾਈ ਇੰਨਾ ਮੀਂਹ ਪਿਆ ਬੱਸਾਂ ਚ ਵੜ ਗਏ ਬਾਈ, ਲੰਘਣਾ ਆਪਣੇ ਕਿਹੜੀ ਨਹਿਰ ਨੂੰ, ਉਹ ਚੌਂਤੇ ਵਾਲੀ ਪ੍ਰਧਾਨ ਜੀ ਦਰਿਆ ਬਹੁਤ ਆਇਆ ਬਾਈ, ਅਸੀਂ ਦੇਖ ਕੇ ਆਏ ਆ ਵੀ ਫੁੱਲੋ ਫੁੱਲ ਹੈ, ਲੈ ਸਾਨੂੰ ਪਤਾ ਨੀ ਤਾਂ ਗਏ ਸੀ ਹੋਰ ਕੰਮ ਤੇ, ਇਹ ਕਹਿੰਦਾ ਵੀ ਉੱਪਰ ਘੁੰਮ ਜਲਦੇ ਆ ਜਾਂ ਪਾਣੀ ਦੇਖਿਆ ਅਸੀਂ ਵੀ ਹੈਰਾਨ ਰਹਿ ਗਏ ਬਾਈ, ਮੀਂਹ ਤਕਰੀਬਨ ਪੰਜਾਬ ਜੀ ਪੂਰੇ ਪੰਜਾਬ ਚ ਪੈ ਗਿਆ ਮੇਰੇ ਹਿਸਾਬ ਨਾਲ, ਅੱਜ ਰਾਜੇ ਬਾਈ ਨੂੰ ਵੀ ਫੋਨ ਬਹੁਤ ਏਰੀਏ ਤੇ ਆਏ ਤੇ ਸਾਰੇ ਜੀ ਨੂੰ ਵੀ ਸਾਰੇ ਪਾਸੇ ਮੀਂਹ ਪੈ ਲਿਆ, ਕੋਈ ਏਰੀਆ ਨੀ ਹੈਗਾ, ਦਰਿਆ ਵੱਲ ਜਾਣਾ ਇੱਧਰ ਨਹਿਰ ਦੇ ਅੰਦਾਜ਼ਾ ਲਾ ਲਿਆ, ਬੂਟੀ ਉਹਦੇ ਚ ਦਰਿਆ ਵੱਲ ਚੱਲਦੇ ਜਾਂ ਦੇਖਿਆ ਉੱਥੇ ਪਾਣੀ ਪਾਣੀ ਥੱਲੇ ਕਰਾਤੀ ਨਹਿਰ ਤਾਂ ਬਹੁਤ ਜ਼ਿਆਦਾ ਛੱਡੀ ਵੀ, ਪਰ ਖੇਤ ਮਾ ਗੇੜਾ ਮਾਰੇ ਹੁਣ ਨੁਕਸਾਨ ਤਾਂ ਨੀ ਕੋਈ, ਨਾ ਨੁਕਸਾਨ ਕੋਈ ਨੀ ਹੈਗਾ ਵਧੀਆ, ਜਿਹਦਾ ਆਪਣੀ ਨਿਸਰੀ ਬੀਤੀ ਕੋਈ ਨਾ ਕੋਈ ਚੱਕਰ ਨੀ ਹੈਗਾ, ਪਿਆ ਬਹੁਤ ਮੀਂਹ ਹੈ ਬਾਈ, ਮੀਂਹ ਬਹੁਤ ਪਿਆ ਦੱਸਤਾ ਵੀ ਮੈਂ ਮੀਂਹ ਹੈਗਾ ਅੱਜ, ਸਰਾਟੇ ਵਾਲਾ ਤਾਂ ਬਾਈ ਸੌਣ ਦੇ ਸਰਾਟੇ ਅੱਜ ਪਏ ਆ, ਠੀਕ ਆ ਚਲੋ ਕੋਈ ਨੀ ਪ੍ਰਧਾਨ ਜੀ, ਬਾਕੀ ਹਲੇ ਰਾਤ ਨੂੰ ਨਾ ਕਿਰਪਾ ਹੋ ਜਾਵੇ, ਹੁਣ ਜਿਹੜੀ ਹੋ ਰਹੀ ਬਹੁਤ ਆ, ਕੋਈ ਨੀ ਕਿਰਪਾ ਹੁੰਦੀ ਹੋ ਰਹਿੰਦੀ ਆ, ਪ੍ਰਧਾਨ ਜੀ ਜਿਹੜਾ 8 ਦਿਨ ਨਾਲ ਦੱਸਿਆ ਵਾ ਤਾਂ ਕੱਢ ਗਿਆ ਕਿ ਸਰ 8 ਦਿਨ ਦੀ, ਅੱਜ ਪਾ ਗਿਆ 8 ਦਿਨ ਨਾਲ, ਹਾਂ ਉਹਨੇ ਫਰਾਉਣਾ ਕਿਹਾ ਕਹਿੰਦਾ ਤੁਹਾਡਾ ਜੀਰਕਪੁਰ ਵੀ ਮੀਂਹ ਪੈ ਲਿਆ, ਕੋਈ ਏਰੀਆ ਨੀ ਰਿਹਾ ਜਿੱਥੇ ਨਹੀਂ ਪਿਆ, ਜਿਹੜਾ ਬੀ ਆਈ ਪੀ ਰੋਡ ਆ ਸਕੂਟਰੀ ਪੇ ਗਿਆ ਹੁੰਦਾ ਉਧਰ ਛੱਡ ਕੇ ਆਉਣੀ ਪੈਣੀ ਹਾਂਜੀ, ਬਾਈ ਸ਼ਾਮ ਦਾ ਟਾਈਮ ਆ, ਬੱਦਲ ਬਾਈ ਹਲੇ ਵੀ ਪੂਰੀ ਆ ਵੀ, ਅੱਜ ਦਾ ਪ੍ਰਧਾਨ ਬੱਦਲ ਦੱਸਦਾ ਹੀ ਤਾਂ ਵੀ ਮੈਂ ਕਰਨਾ ਕੁਛ ਚੱਲ, ਪ੍ਰਧਾਨ ਦੀ ਆ ਬਾਈ ਲਪਾਈ ਲਪੂਈ ਹੋਈ ਆ, ਕੰਧਾ ਕੁੰਧਾ ਜਾਂ ਧੋ ਹੋ ਗਈ ਇੱਕ ਵਾਰ, ਗੱਡੀ ਧੋ ਹੋ ਗਈ ਬਾਈ, ਗੱਡੀ ਮੀਂਹ ਚ ਧੋ ਹੋਈ ਆ, ਨਾ ਨਾ ਤਸੱਲੀ ਕਰਾ ਦੇ, ਹਾਂਜੀ ਬਾਈ ਤੁਸੀਂ ਵੀ ਦੱਸ ਦੋ ਹੁਣ, ਹਾਂ ਭੱਜਦੇ ਕਾਹਤੇ ਆ ਜਾਂ ਪ੍ਰਧਾਨ ਜੀ ਸੱਚੀ ਗੱਲ ਦੱਸੋ, ਘਰ ਕੋਲ ਤੇ ਆਏ ਨਾ ਔਰ ਸਪੈਸ਼ਲ ਹੁਣ ਭੱਜਦੇ ਆ, ਇਹ ਬਾਈ ਹੈਗਾ ਆਪਣੇ ਦਾ ਭਾਣਜਾ ਬਾਈ, ਏ ਸੀ ਵਾਲੇ ਦਾ ਆਪ ਭਤੀਜਾ ਅਮਨਾ, ਉਹ ਵੀ ਅੱਜ ਥੋੜ੍ਹਾ ਬਿਮਾਰ ਜਾਏ, ਹਾਂ ਉੱਥੇ ਹਸਪਤਾਲ 'ਚ ਰਿਹਾ ਨਾ ਥੋੜ੍ਹਾ ਜਿਹਾ ਢਿੱਲਾ ਮਿਸਾ ਜਾਊਗਾ, ਨੀਂਦ ਨਹੀਂ ਪੂਰੀ ਹੋਈ ਬਾਈ ਉਹਦੀ, ਪ੍ਰਧਾਨ ਆਸਰੇ ਗਿਆ ਹੋਈ ਜਾਂਦਾ ਹਰਸ ਹੁੰਦਾ ਬਾਈ ਵੱਲੋਂ ਜਾ, ਮੌਸਮ ਦੱਸਦਾ ਮੀਂਹ ਪਊਗਾ ਬਾਈ ਆਪਣੇ, ਚੌਵੀ ਘੰਟੇ ਤੇਰਾ ਕੁਛ ਨੀ ਵਿਗੜਦਾ, ਤੂੰ ਠੀਕ ਹੈ ਨਾ, ਠੀਕ ਨੀ ਚੱਲ ਠੀਕ ਆ ਪ੍ਰਧਾਨ ਬਾਈ, ਚੰਗਾ ਜਾਇਆ ਜਿੱਥੇ ਜਾਣਾ ਬਾਈ ਮੱਥਾ ਟੇਕ, ਪ੍ਰਧਾਨ ਬਾਈ ਨੇ ਗੁਰੂ ਘਰ ਜਾਣਾ, ਹਾਂ ਤੁਸੀਂ ਕਿਆ ਭਾਲਦੇ, ਉਹ ਪਿੱਛੇ ਪੈਪ ਟੁੱਟ ਜਾਣਾ, ਲਓ ਜੀ ਬਾਈ ਸਿੰਧੂ ਬਾਈ ਕੋ ਪਹੁੰਚੇ, ਹਾਂਜੀ ਬਾਈ ਬਾਈ ਕਹਿੰਦੇ ਆਹ ਬੰਦੇ ਨੇ ਮੀਂਹ ਪਾਇਆ ਕੱਲ ਤਾਂ ਰੁਕੇ, ਮੈਂ ਤੇਰੇ ਵਾਸਤੇ ਮੁੜਿਆ 3 ਮਹੀਨੇ 4 ਮਹੀਨੇ ਲਾਇਆ,
ਸਿੱਧੂ ਭਾਈ ਬੰਦੇ ਪੁੱਛ ਰਹੇ ਵੀ ਛੇਤੀ ਕਾਹਤੇ ਆ ਗਿਆ, ਕਿਆ ਕਰਨਾ? ਬਿਮਾਰ ਹੋ ਗਿਆ ਤਾਂ ਯਾਰ, ਬਿਮਾਰ ਹੋ ਗਿਆ ਭਾਈ। ਸਾਡੇ ਏਰੀਆ 'ਚ ਮੀਂਹ ਰੁਕਿਆ ਪੈਦਾ, ਸਿੰਧੂ ਨੂੰ ਹਲੇ ਕੱਲੇ ਛੇੜਿਆ ਤਾਂ ਚੰਗਾ ਮੀਂਹ ਪਵਾ ਗਿਆ, ਚੰਗੀ ਝੱਟ ਮੀਂਹ ਪੈਣਾ ਜ਼ਰੂਰੀ ਹੈ ਯਾਰ, ਗਰਮੀ ਪਾ ਤੇ ਇਹਨੂੰ ਧੋਤਾ ਸਾਰਾ ਕੁਛ, ਰੀਝ ਗਏ ਧੋਤਾ, ਕੋਈ ਵੀ ਫਸਲ ਆ ਬਾਈ ਸਿਰ ਤੱਕ ਧੋਤੀ ਹੈ ਨਾ ਕਿ ਨਹੀਂ ਬਾਈ? ਦਰਿਆ ਸਿੰਧੂ ਬਹੁਤ ਆਇਆ ਹੈਡ ਵਾਲਾ, ਇੱਧਰ ਦੂਆ ਵੀ ਆਇਆ ਵਾ ਜਿਹੜਾ ਸੋਵਾਂ ਏ ਖਾਲੀ ਵਾਲਾ। ਹਾਂ ਆਪਾਂ ਪੰਪ ਉੱਪਰ ਨੂੰ ਪਾਣੀ ਚੱਲਦਾ, ਦੇਖੀਏ ਨਹੀਂ ਲੈ ਸਿੰਧੂ ਵੀ ਸੱਪ ਕੱਢੂਗਾ ਕੋਈ, ਆਉਂਦੇ ਤੂੰ ਵੀ ਦਿਖਾ ਵੀਡੀਓ ਬਸ ਵਾਲੀ ਹੁਣ ਸਭ ਕੁਝ ਦਿਖਾਏ ਦੇਣਾ ਤੁਹਾਨੂੰ ਬਾਈ, ਅੱਜ ਕਿਆ ਸਿਸਟਮ ਤਾਂ, ਚੰਡੀਗੜ੍ਹ ਵਾਲੀ ਵੀਡੀਓ ਵੀ ਦਿਖਾਊਂਗਾ, ਸਿੰਧੂ ਵੀ ਦਿਖਾਊਂਗਾ। ਆ ਚੰਡੀਗੜ੍ਹ ਦੀ ਵੀਡੀਓ ਭਾਈ ਬੱਸ ਦੀ 37 ਸੈਕਟਰ ਦੀ, ਦੇਖੋ ਕਿਹੜੇ ਹਿਸਾਬ ਨਾਲ ਪਾਣੀ ਹੈ ਬੱਸ ਦੇ ਮੂਹਰੇ, ਕਿੰਨਾ ਪਾਣੀ ਹੈ। ਆ ਦੇਖੋ ਬਾਈ ਬੰਦੇ ਕਿਸ਼ਤੀਆਂ ਲਈ ਫਿਰਦੇ ਆ, ਕਹਿੰਦੇ ਇਲੈਕਟ੍ਰੋਨਿਕ ਬੱਸ ਖੜ ਗਈ। ਹਾਂ ਇਲੈਕਟ੍ਰੋਨਿਕ ਜਿਹੜੀ ਬੱਸ ਹੈ ਬਿਜਲੀ ਵਾਲੀ, ਬੈਟਰੀ ਵਾਲੀ ਖੜ ਗਈ, ਦੂਈ ਉਹ ਚੱਲਦੀ ਰਹੀ ਡੀਜ਼ਲ ਵਾਲੀ। ਆ ਦੇਖੋ ਬਾਈ ਹੁਣ ਬੰਦਾ 12ਵਾਂ ਵਿੱਚ ਨੂੰ ਕੈਮਰਾ ਘੁਮਾਊਂਗਾ, ਖੜਿਆ ਸਿੰਧੂ ਕਮੈਂਟ ਸਵਾਰੀਆਂ ਦਿਖਾਉਂਗੇ ਹੁਣ, ਭਾਜੀ ਨੇ ਬਣਾ ਕੇ ਭੇਜੀ ਮੈਨੂੰ। ਹਾਂ ਇਹਨਾਂ ਦੇ ਭਾਜੀ ਹੈ ਬਾਈ, ਉਹਨੇ ਬਣਾ ਕੇ ਭੇਜੀ ਹੈ। ਆਹ ਦੇਖੋ ਬਾਈ ਬੱਸ ਦੇ ਵਿੱਚ ਵਾਲੀ ਢਾਂਦੀ ਬੱਸ ਹੈ, ਕੁੱਕਾ ਮਾਰਦੇ ਸਿੱਧੂ ਇੱਧਰ ਦੇਗਾ, ਚੰਡੀਗੜ੍ਹ ਬੱਸ ਚ ਵਾਲੀ ਆ ਗਿਆ, ਦਿਖਾਈ ਨੀ ਬੜੇ ਸਿੱਧੂ ਤੂੰ ਦਿਖਾ ਕੇ ਕਹਿੰਦਾ ਹੁਣ ਇਹ ਕਿੱਥੇ ਆ ਗਿਆ, ਟਾਲੀ ਵਾਲਾ ਇੰਨਾ ਬਣੀ ਆ ਗਿਆ ਪੰਜਾਬ ਤੇ ਹਿਮਾਚਲ ਦਾ ਬਾਰਡਰ ਨੀ ਹੈਗਾ ਬਾਈ, 4 ਘੰਟੇ ਪਹਿਲਾਂ ਦੀ ਵੀਡੀਓ ਹੈ। ਆਉਣੇ ਚੱਲ ਟੋਲ ਕੋਠੇ ਚੜਾਈ ਆਪਣੇ, ਉਹਦੇ ਪੰਪ ਦੇਖ ਪੰਪ, ਹਾਂ ਇਹ ਸਭ ਤੋਂ ਜ਼ਿਆਦਾ ਪਾਣੀ ਹੈ ਉਹਦੇ ਪੰਪ, ਪੈਟਰੋਲ ਪੰਪ। ਹਾਂ ਕਿਹੜੇ ਹਿਸਾਬ ਨਾਲ ਪਾਣੀ ਹੈ ਜ਼ਿਆਦਾ, ਇਹ ਮੇਰੀ ਗੱਲ ਸੁਣ, ਟੋਲ ਚੜਾ ਦੀ ਕੋਠੇ ਪਰ, ਰਾਤ ਰਾਤ ਕੁਛ ਵੀ ਹੋ ਸਕਦਾ, ਰਾਤ ਰਾਤ ਕੁਛ ਵੀ ਹੋ ਸਕਦਾ, ਨਦੀ ਚ ਪਾਣੀ ਆਉਂਦਾ ਉਹ ਇੱਕ ਹੈ ਆਪਣੇ ਜਿਹੜਾ ਇਕੱਠਾ ਮੀਂਹ ਮਾਰਦਾ ਉਹ ਮਾਰਦਾ, ਹੁਣ ਇਕੱਠਾ ਪੈ ਗਿਆ, ਊਂ ਪਹਿਲਾਂ ਟੁੱਟਮਾ ਜਿਹਾ ਪਈ ਜਾਂਦਾ ਨਦੀ ਦੇ ਲਾ ਆਈ ਗਈ ਚੌਂਤੇ ਵਾਲੀ, ਪਿਛਲੇ ਸਾਲ ਦਾ ਕੰਮ ਹੋਊਗਾ ਸਿੰਧੂ, ਤੂੰ ਐ ਦੱਸ ਪਿਛਲੇ ਸਾਲ ਧੋਰੀ ਦਾ ਯਾਰ ਹੜ੍ਹ ਜੇ ਆਏ ਤੇ ਦੇਖੇ ਸਾਰੇ ਨਦੀਆਂ ਨਹਿਰਾਂ ਦੇਖੀਆਂ, ਕਿਹੜਾ ਘੁੰਮਿਆ ਯਾਰ ਆਪਾਂ ਉੱਥੇ ਤਾਂ ਫਿਰਦੇ ਤੇ ਬਾਈ, ਦਸ ਦਿਨ ਲਾਈਟ ਨੀ ਆਈ, ਘਰ ਤੇ ਵਿਹਲੇ ਤੇ ਡੰਗਰ ਡੁੰਗਰ ਕੱਖ ਘਰ ਹੈ ਨੀ, ਤਾਂ ਸਾਰੀ ਜਿਹੜੀ ਘੁੰਮਣ ਫਿਰਦੇ ਆ, ਦਸ ਦਿਨ ਆਪਣੇ ਸਿੰਧੂ ਮੈਸੇਜ ਸੈਂਡ ਕਰ ਦੀ ਲਿਖ ਕੇ ਆਈਫੋਨ ਗਿਫਟ ਤੇਰੇ ਵਾਸਤੇ, ਵਟਸਐਪ ਸੈਂਡ ਕਰ ਦੀ ਸਟਿੱਕਰ ਲਾ ਕੇ ਦੇ ਦੇਣਾ, ਲੋਕੀਆਂ ਲੋਕੀਆਂ ਵਿੱਚ ਸਟਿੱਕਰ ਲਾ ਕੇ ਦੇ ਦੇਣਾ ਸਿੰਧੂ ਨੂੰ ਭਾਈ, ਆਪਾਂ ਭੇਜ ਦੇਣਾ ਕਿਸਾਨ ਸਿੰਧੂ ਨੂੰ, ਠੀਕ ਹੈ ਠੀਕ ਹੈ, ਸਿੰਧੂ ਦੇਖਦੇ ਬਾਈ ਇਹ ਮੈਨੂੰ ਥੋੜੇ ਮਿਲਣ ਆਇਆ, ਇਹ ਫੋਨ ਨੂੰ ਮਿਲਣ ਆਇਆ, ਫੋਨ ਨੂੰ ਮਿਲਣ ਆਇਆ, ਉਹਨੇ ਸੱਚ ਦੱਸ ਦਿਲ ਤੇ, ਉਹ ਨਹੀਂ ਮੈਂ ਕਿਹਾ ਚੱਲ ਬੰਦਾ ਖੁਸ਼ ਹੋ ਕੇ ਆਈਫੋਨ ਦੇ ਦੇ,
ਯਾਰ ਆਈਫੋਨ ਆਪਣੇ ਖੜ ਮੈਂ ਲੈ ਕੇ ਆਇਆ ਹਾਂ ਲੈ ਕੇ ਆਇਆ ਵਾ ਜਰੇ ਉਹ ਹੁਣ ਸੇਬਾਂ ਦਾ ਸੀਜ਼ਨ ਵੀ ਨਹੀਂ ਹੈਗਾ ਖੜੀ ਮੈਂ ਹੁਣੇ ਲੈ ਕੇ ਆਇਆ ਲਿਆਉਗਾ ਸੇਬੇ ਲਿਆਉਣੇ ਨੇ ਗਲੇ ਆਈਫੋਨ ਲੈ ਕੇ ਆਉਂਗਾ ਹਾਂ ਫੋਨ ਲੈ ਕੇ ਆਉਂਗਾ ਖੜ ਜਾ ਆ ਗਿਆ ਚਲ ਦੇ ਵੀ ਜਿਹੜਾ ਸੱਪ ਕਰ ਬਾਈ ਹੁਣ ਤੇਰੇ ਕੇ ਆਈਫੋਨ ਦੀ ਗੱਲ ਹੋਈ ਉਹਨੇ ਤੈਨੂੰ ਆਈਫੋਨ ਲਿਆ ਹੀ ਦੇਣਾ ਸਿੰਧੂ ਦੇਖ ਲੈ ਲੈ ਕੇ ਆਈ ਆਉਂਗਾ ਬਾ ਠੀਕ ਆ ਮੈਂ ਖੜਾ ਉਹਦੀ ਪਾਲਟੀ ਤੈਅ ਕਰਨੀ ਆ ਠੀਕ ਹੈ ਪਾਲਟੀ ਪੱਕੀ ਤੂੰ ਲਿਆ ਅਗਲੇ ਉਹਨੂੰ ਕੋਈ ਪਿਆ ਉਹਨੇ ਲਿਆਉਣਾ ਤੈਨੂੰ ਪਾਲਟੀ ਕਰਨੀ ਪੈਣੀ 15 ਪਰੋ ਲੈਣਾ ਮੈਂ ਤਾਂ 15 ਪਰੋ ਲੈਣਾ ਐਪਲ ਲਿਆਉਣਾ ਉਹਨੇ ਐਪਲ ਲਿਆਉਣਾ ਦੇਖ ਲਈ ਬਾਈ ਗਿਆ ਮੁੰਡਾ ਆਈਫੋਨ ਲੈਣਾ ਸ਼ਾਮ ਟਾਈਮ ਹੋ ਗਿਆ ਬਾਈ ਗੁਰੂ ਘਰ ਲੱਗਿਆ ਪਿਆ ਉਹਨੇ ਮੌਸਮ ਕਿਆ ਕਹਿੰਦਾ ਹੁਣ ਮੌਸਮ ਯਾਰ ਆ ਦੇ ਇੱਧਰ ਦਾ ਬੱਦਲ ਹੈਗਾ ਹਨਾ ਗੱਬੇ ਕੋਈ ਪਤਾ ਨਹੀਂ ਬਾਈ ਬਾਕੀ ਆਏ ਆ ਧਾਨਾਂ ਨੂੰ ਬਾਈ ਜਿਹੜੀ ਮਾੜੀ ਮੋਟੀ ਟਿੱਡੀ ਪੌਣਖੀ ਬਿਮਾਰੀ ਧਾਨਾਂ ਦੀ ਬਿਮਾਰੀ ਚੱਕਦੀ ਗੰਨੇ ਗੁੰਨੇ ਪਾਣੀ ਹੋਰ ਫਸਲਾਂ ਮੰਗਦੇ ਆ ਤੇ ਵੀ ਚੰਗਾ ਪਾਣੀ ਮਿਲ ਗਿਆ ਅਸੀਂ ਪਾਣੀ ਲਾਉਣਾ ਹੀ ਹੁਣ 15-20 ਦਿਨ ਗੰਨਿਆਂ ਗੁੰਨੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਹੋਰ ਫਸਲਾਂ ਨੂੰ ਵੀ 4-5 ਪਾਣੀ ਦਾ ਲੈਵਲ ਹੁਣ ਉੱਪਰ ਆ ਜਾਣਾ ਨਹੀਂ ਉਹ ਚੀਜ਼ ਦਾ ਫਰਕ ਹੈ ਫਰਕ ਪੈਂਦਾ ਯਾਰ ਸਿੰਧੂ ਗਿਆ ਪਿਆ ਬਾਈ ਆਈਫੋਨ ਲੈਣ ਦੇਖਦੇ ਹੁਣ ਕਿਹੜਾ ਆਈਫੋਨ ਲਿਆਉਂਦਾ ਕਿਤੇ 4S ਨਾ ਚੱਕ ਲਿਆ ਕਿਆ ਪਤਾ ਬਾਈ ਕੋਈ ਸਟਾਕ ਰੱਖਿਆ ਹੋਵੇ ਸਾਂਭ ਕੇ ਨਹੀਂ ਬਾਈ ਅੱਜ ਮੀਂਹ 'ਚ ਪਤਾ ਨਹੀਂ ਕਿਆ ਗੱਲ ਹੋਈ ਹੈ ਬਾਪੂ ਵਾਲਾ ਹੀ ਘੋੜਾ ਚੱਕਣਾ ਪਿਆ ਪੁਰਾਣਾ ਦੂਆ ਨਹੀਂ ਕੱਢ ਹੋਇਆ ਅੱਜ ਆਹੀ ਹੱਥ ਲੱਗਿਆ ਪਿਆ ਮੀਂਹ ਕਿਹੜੀ ਚਾਹੀ ਘੁੰਮਿਆ ਘੋੜਾ ਇਹ ਪਤਾ ਨਹੀਂ ਕਿਆ ਕਰਦਾ ਪਤਾ ਨਹੀਂ ਕਿਆ ਦੇਖ ਰਿਹਾ ਇਹੀ ਚੱਲਿਆ ਅੱਜ ਆ ਗਿਆ ਉਹ ਆ ਗਿਆ ਮੇਰੀ ਗੱਲ ਸੁਣ ਜਾਂ ਬੰਦਾ 4 ਮਹੀਨੇ ਮੈਂ ਮੁੜਿਆ ਹੁਣ ਇਹੀ ਮਿਲਿਆ ਤੈਨੂੰ ਲੈ ਜੇ ਕਿਤੇ 4 ਸਾਲ ਲਾ ਕੇ ਆਉਂਦਾ ਮੈਂ ਤੈਨੂੰ ਬੜਾ ਮਿਲ ਜਾਣਾ ਤਾਂ ਫਿਰ ਬੜਾ ਮਿਲ ਜਾਣਾ ਇੰਨੇ ਕਿ ਜਦੋਂ ਬਾਈ ਇੰਨਾ ਕੇ ਮਿਲਦਾ ਬਾਈ ਮੁੰਡਾ ਚਾਹੇ ਜਿਵੇਂ ਮਰਜ਼ੀ ਲਿਆ ਕੇ ਦੇਤਾ ਹਾਜ਼ਰ ਕਰਦਾ ਪੂਰੇ ਦਿਨ ਕੋਤਾ ਸੀ ਪਾਲਟੀ ਦਾ ਨਾ ਮਕਰੀ ਹਾਂ ਕਰੂਗਾ ਹੁਣ ਪਾਲਟੀ ਕਰ ਦਿੰਦੇ ਹੋ ਜਿੰਨੇ ਕਾ ਫੋਨ ਉਹਨੀ ਕ ਪਾਲਟੀ ਕਿੱਲੇ ਦੀ 20 ਰੁਪਏ ਦਾ ਗੋਲ ਕੱਪੇ ਲੈ ਲੱਸੀ ਕਰਤੀ ਯਾਰ ਇਹਨੇ ਪਾਲਟੀ ਕੈਂਸਲ ਬਾਈ ਮਹਿਕ ਦੀ ਮੋਟਰ ਬਾਈਕ ਇੱਕ ਹੋਰ ਕੰਮ ਆ ਚੱਲੀਏ ਲਓ ਜੀ ਬਾਈ ਨਦੀ ਵੀ ਚੌਂਤੇ ਵਾਲੀ ਇਹ ਵੀ ਦੇਖਣ ਆਵੇ ਇਹ ਵੀ ਆਈ ਵੀ ਆ ਕਿਆ ਹੋ ਗਿਆ ਸਰਜਰੀ ਕਰਨ ਲੱਗੇ ਆ ਮੱਛਰ ਪੈ ਗਿਆ ਅਮਨੇ ਦੇਖੋ ਉਧਰ ਨੂੰ ਨਦੀ ਚੈੱਕ ਕਰ ਸਿੰਧੂ ਤੂੰ ਪਹਿਲਾਂ ਦੇਖ ਕੇ ਕਰਿਆ ਕਿੰਨਾ ਟਾਈਮ ਜਾਂ ਘੱਟ ਦੀ ਨਾ ਜੇ ਆਪਾਂ ਦੇਖ ਕੇ ਗਏ ਆ 2 ਘੰਟੇ ਪਹਿਲਾਂ ਦੇਖ ਕੇ ਗਏ ਬਾਈ ਯਾਰ ਆਹ ਸਾਈਡ ਪਾਣੀ ਨਹੀਂ ਤਾ ਆਹ ਪਾਣੀ ਹੁਣ ਨਵਾਂ ਆਇਆ ਦੇਖੋ ਆਹ ਸਾਈਡ ਵੀ ਇਹ ਜਿੰਨਾ ਕੁ ਮੀਂਹ ਪਿਆ ਉਹਨੇ ਅਸਰ ਦਿਖਾ ਤਾ ਆਪਣਾ ਇਹ ਚੌਂਤੇ ਵਾਲੀ ਨਦੀ ਹੈ ਇੱਕ ਚੌਂਤੇ ਵਾਲੀ ਮਾਰਦੀ ਸਾਨੂੰ ਇੱਕ ਬੁੱਢੇ ਭੋਰੇ ਵਾਲੀ ਬਸ 2 ਨਦੀਆਂ ਮਾਰਦੀਆਂ ਦਰਿਆ ਸਾਤੇ ਦੂਰੇ ਹੈ ਤਾਂ ਨਹੀਂ ਲੈ ਬਾਕੀ ਇਹ ਨਦੀ ਬਾਈ ਜਿਹੜੀ ਚੌਂਤੇ ਵਾਲੀ ਹੈ ਪਹਿਲਾਂ ਵੀ 2-3 ਵਾਰ ਆ ਕੇ ਮਤਲਬ ਪਾਣੀ ਘੱਟ ਜਾਂਦਾ ਕਿਉਂਕਿ ਪਿੱਛੇ ਮੀਂਹ ਪਈ ਜਾਂਦੇ ਆ ਆਏ ਨਹੀਂ ਪਤਾ ਹੁਣ ਕਿੱਧਰ ਕਿੱਧਰ ਰੂਟ ਆਉਂਦੇ ਆ ਚੰਡੀਗੜ੍ਹ ਸਾਈਡ 'ਤੇ ਪਾਣੀ ਆਉਂਦਾ ਨਹੀਂ ਲੈ ਇਹ ਵੀ ਚੰਗੀ ਚੱਲੀ ਪਿਛਲੇ ਸਾਲ ਆਹ ਨਿੰਮਾਂ ਆਏ ਹਟਦੀਆਂ ਨੇ ਬਾਈ ਮਿੰਟ ਮਿੰਟ ਬਾਅਦ ਨਿੰਮ ਆਉਂਦੀ ਰਹੀ ਉਹ ਦੇਖ ਲੈ ਨਦੀ ਨੇ ਉਹ 8-9 ਫੁੱਟ ਉੱਚੀਆਂ ਨਿੰਮਾ ਬਾਈ ਦੇਖ ਲਓ ਇਹ ਵੀ ਸਾਈਡਾਂ ਪਰ ਪਾਣੀ ਲੱਗਿਆ ਪਤਾ ਉਹ ਪੁਲ ਦੇਖਣ ਲੱਗ ਗਿਆ ਪਹਿਲਾਂ ਦੇਖਦਾ ਹਾਂ ਉਹ ਸਾਹਮਣੇ ਪੁਲ ਆ ਬਾਈ ਪਹਿਲਾਂ ਦੇਖਦਾ ਨਹੀਂ ਤਾਂ ਹੈਗਾ ਸਿੱਧਾ ਕਰਤਾ
ਵੈਸੇ ਪਾਣੀ ਇਹਨੂੰ ਵੱਧ ਰਿਹਾ ਦਿਖ ਰਿਹਾ ਨਾ, ਹਨੇਰਾ ਜ਼ਿਆਦਾ ਹੋ ਗਿਆ ਬਈ ਸਾਹਮਣੇ ਆ ਦੇਖੋ ਚੱਲਦਾ ਜਿੱਥੇ ਲਾਈਟ ਵੱਜ ਰਹੀ ਹੈ ਆਹ ਵੀ ਚੱਲਦਾ ਰਿਹਾ। ਚਲੋ ਭਾਈ ਚੱਲੀਏ, ਇੱਧਰ ਨੂੰ ਜ਼ਿਆਦਾ ਦਿਖਦਾ ਆਪਣੇ ਪਿੰਡ ਆ ਗਏ ਨੇ ਇੱਧਰ ਨੂੰ ਤਾਂ ਜ਼ਿਆਦਾ ਦਿਖਦਾ। ਇੱਧਰ ਇੱਕ ਹੈ ਸ਼ਿੰਦੂ ਚੌੜੀ ਬਥੇਰੀ ਹੈ, ਡੂੰਘੀ ਨਹੀਂ ਹੈਗੀ ਚੌੜੀ ਦਾ ਬਾਈ, ਤੁਸੀਂ ਗੈਸ ਨਹੀਂ ਲਾ ਸਕਦੇ, 3-4 ਕਿੱਲਿਆਂ ਦੀ ਲਾਮ ਜਿੰਨੀ ਚੌੜੀ ਇਹ ਗਾਹਾਂ ਜਿੱਥੇ ਜਾ ਕੇ ਖਤਮ ਹੁੰਦੀ ਹੈ ਦਰਿਆ 'ਚ ਕਹਿੰਦੀ, ਉੱਥੇ ਜਾ ਕੇ ਚੜਾਈ ਘੱਟ ਹੈ ਬਹੁਤ, ਉੱਥੇ ਦੇ ਸਾਨੂੰ ਟਾਈਟ ਹੋਣ ਕਰਕੇ ਡੱਫ ਲੱਗ ਜਾਂਦੀ ਤਾਂ ਪਿੱਛੇ ਟੁੱਟਦੀ ਆ, ਊਂ ਨਾ ਟੁੱਟੇ ਇਹ ਚੱਲ ਬਈ ਮੁੰਡੇ ਚੱਲੀ। ਲਓ ਜੀ ਬਾਈ ਮੀਂਹ ਪੈਂਦੇ 'ਚ ਰੋਪੜ ਸ਼ਹਿਰ ਪਹੁੰਚੇ ਆ, ਪਰ ਹਟ ਗਿਆ ਮੀਂਹ, ਆਹ ਨਵਾਂ ਪੁਲ ਬਣਦਾ ਬਾਈ, ਇਹ ਨਵੇਂ ਬੱਸ ਸਟੈਂਡ ਨੂੰ ਜਾਂਦਾ ਹੈ, ਪੂਰਾ 1 ਸਾਲ ਹੋ ਗਿਆ, 32 ਹੋ ਗਿਆ, 1.5 ਸਾਲ ਹੋ ਗਿਆ, ਪਰ ਪੁਲ ਜਿਹੜਾ ਬਣਿਆ ਬਾਈ ਬਾਹਰਲੇ ਮੁਲਕ ਵਾਲਾ ਹੈ, ਚੀਜ਼ ਆ ਜਿਹਨੂੰ ਕਹਿੰਦੇ ਉਹ ਚੀਜ਼ ਬਣਦੀ ਹੈ, 1.5 ਸਾਲ ਤੋਂ ਉੱਪਰ ਹੋ ਗਿਆ, ਪਹਿਲਾਂ ਸਿੰਗਲ ਤਾਂ ਬਾਈ ਉਰੇ, ਮਤਲਬ ਹੁਣ ਡਬਲ ਬਣਾਤਾ ਇਹ ਵੀ ਗੱਲਬਾਤ ਹੈ, ਪੁਲ ਦੇਖਤਾ ਉਹਨੇ ਬਾਹਰਲੇ ਚੀਜ਼ ਬਣਾਤੀ ਨਾ ਸੇਮ, ਹਿੱਲਣਾ ਨਹੀਂ ਹੈ ਕਿਤੇ ਵੀ, ਬਾਕੀ ਆ ਏਰੀਏ 'ਚ ਨੂੰ ਆ ਕੇ ਐਵੇਂ ਲੱਦ ਜਿਹੜਾ 10 ਸਾਲ ਵਾਏ ਹੁੰਦੇ ਉੱਚਾਈ ਬਹੁਤ ਲੱਦ ਹੈ, ਦੇਖਤਾ ਸਹੀ ਪੁਲ ਨੂੰ ਦੇਖ ਕੇ ਉਹਨੇ ਰੂਹ ਖੁਸ਼ ਹੁੰਦੀ ਹੈ, ਦੇਖੋ ਬਾਈ ਇੰਨਾ ਕੁ ਕੰਮ ਹੋਇਆ ਜੇ ਕੋਈ ਰੋਪੜ ਸ਼ਹਿਰ ਦਾ, ਦੇਖੋ ਪੁਲ ਵਾਲੀ ਸਾਈਡ ਨੂੰ ਆਉਣਾ ਚਾਹੁੰਦਾ ਭਾਅ ਨਹੀਂ ਹੋਣਾ, ਜੇ ਕਿਤੇ ਬਾਈਪਾਸ ਨਾ ਬਣਿਆ ਹੁੰਦਾ ਲੁਧਿਆਣੇ ਵਾਲੀ ਸਾਈਡ ਜਿਹੜਾ ਉੱਧਰ ਨੂੰ ਜਾਂਦਾ ਉਹਨੇ ਨਵੇਂ ਸ਼ਹਿਰ ਕਰਨੀ ਨੂੰ, ਫਿਰ ਬਹੁਤ ਔਖਾ ਹੋ ਜਾਂਦਾ, ਫਿਰ ਬਾਜ਼ਾਰ ਮਨ ਟ੍ਰੈਫਿਕ ਹੋ ਜਾਣੀ ਅਤੇ ਉਹਦੇ ਕਰਕੇ ਕੰਮ ਬਚ ਗਿਆ।